ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਸੋਲਵ ਕਰਾਂਗੇ PSCAT 2016 ਦੇ ਅਗਲੇ ਕੁਐਸਚਨਸ। ਅਸੀਂ ਉਸ ਦਿਨ 98 ਤੱਕ ਜਿਹੜੇ ਕੁਐਸਚਨ ਸੋਲਵ ਕੀਤੇ ਸੀ ਅਤੇ ਉਸ ਤੋਂ ਬਾਅਦ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਿਆ ਅਤੇ ਅੱਜ ਥੋੜ੍ਹਾ ਟਾਈਮ ਲੱਗਾ ਹੈ ਅਤੇ ਅਸੀਂ ਅਗਲੇ ਜਿਹੜੇ ਕੁਐਸਚਨਸ ਰਹਿੰਦੇ ਨੇ ਅੱਜ ਅਸੀਂ ਸਾਰੇ ਕੁਐਸਚਨ ਕਰ ਲਾਂਗੇ ਮੈਥਮੈਟਿਕਸ ਦੇ। ਅਤੇ ਆਓ ਅਸੀਂ ਸਟਾਰਟ ਕਰਦੇ ਹਾਂ PSCAT 2016 ਪੇਪਰ 2 ਮੈਥਮੈਟਿਕਸ ਦੇ ਜਿਹੜੇ ਬਾਕੀ ਰਹਿੰਦੇ ਕੁਐਸਚਨਸ ਨੇ ਉਹ ਸੋਲਵ ਕਰਦੇ ਹਾਂ। ਤਾਂ ਚਲੋ ਜੀ, ਆਪਾਂ ਸ਼ੁਰੂ ਕਰਦੇ ਹਾਂ ਕੁਐਸਚਨ ਨੰਬਰ 99 ਤੋਂ, ਜਿੱਥੇ ਕਿ ਆਪਾਂ ਆਪਣੀ ਪਿਛਲੀ ਵੀਡੀਓ ਨੂੰ ਖਤਮ ਕੀਤਾ ਸੀ। ਅਤੇ ਉਹ ਕੁਐਸਚਨ ਕੀ ਕਹਿ ਰਿਹਾ ਸਾਨੂੰ, ਇਫ ਐਕਸ ਪਲੱਸ 2 ਐਂਡ ਐਕਸ ਮਾਈਨਸ 2 ਆਰ ਦਾ ਫੈਕਟਰਸ ਆਫ ਦਾ ਪੋਲੀਨੋਮੀਅਲ, ਇੱਕ ਪੋਲੀਨੋਮੀਅਲ ਸਾਨੂੰ ਗਿਵਨ ਹੈਗੀ ਆ, ਦੈਨ ਦਾ ਵੈਲਿਊ ਆਫ ਏ ਪਲੱਸ ਬੀ ਇਜ਼। ਤਾਂ ਮੈਂ ਤੁਹਾਨੂੰ ਉਸ ਦਿਨ ਥੋੜ੍ਹਾ ਹਿੰਟ ਵੀ ਦਿੱਤਾ ਸੀ ਕਿ ਤੁਸੀਂ ਅਗਰ ਖੁਦ ਸੋਲਵ ਕਰ ਸਕੋ ਤਾਂ ਬਹੁਤ ਵਧੀਆ ਹੈ। ਅਤੇ ਬਟ ਚਲੋ, ਜਿਨ੍ਹਾਂ ਕੋਲ ਸੋਲਵ ਹੋ ਗਿਆ ਬਹੁਤ ਵਧੀਆ ਗੱਲ ਆ, ਅਤੇ ਜਿਨ੍ਹਾਂ ਕੋਲ ਸੋਲਵ ਨਹੀਂ ਹੋਇਆ ਉਹਨਾਂ ਲਈ ਮੈਂ ਸਲਿਊਸ਼ਨ ਲੈ ਕੇ ਆਇਆ। ਦੇਖੋ ਜੀ, ਗਿਵਨ ਪੋਲੀਨੋਮੀਅਲ ਸਾਡੇ ਕੋਲ ਹੈਗੀ ਆ ਏ ਐਕਸ 4 ਪਲੱਸ 2x ਮਾਈਨਸ 3x ਸਕੁਅਰ ਪਲੱਸ ਬੀ ਐਕਸ ਮਾਈਨਸ 4। ਓਕੇ, ਹੁਣ ਐਕਸ ਪਲੱਸ 2 ਅਤੇ ਐਕਸ ਮਾਈਨਸ 2 ਕੀ ਆ? ਫੈਕਟਰਸ ਹੈਗੇ ਆ। ਹੁਣ ਇੱਕ ਵਾਰੀ ਤੁਸੀਂ ਐਕਸ ਪਲੱਸ 2 ਨੂੰ ਇਕੁਅਲ ਟੂ 0 ਰੱਖੋਗੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਪਿਛਲੀ ਵਾਰੀ, ਇੱਕ ਵਾਰੀ ਐਕਸ ਮਾਈਨਸ 2 ਨੂੰ ਇਕੁਅਲ ਟੂ 0 ਰੱਖੋ, ਠੀਕ ਹੈ? ਤੁਹਾਡੇ ਕੋਲ ਇੱਥੋਂ ਵੈਲਿਊ ਆਏਗੀ ਐਕਸ ਦੀ ਮਾਈਨਸ 2, ਇੱਥੋਂ ਵੈਲਿਊ ਆ ਜਾਏਗੀ ਪਲੱਸ 2। ਹੁਣ ਇੱਕ ਵਾਰੀ ਤੁਸੀਂ ਐਕਸ ਨੂੰ ਮਾਈਨਸ 2 ਪੁੱਟ ਕਰਨਾ ਵਾ ਪੂਰੀ ਪੋਲੀਨੋਮੀਅਲ ਦੇ ਵਿੱਚ, ਤਾਂ ਉਹਨੂੰ ਇਕੁਅਲ ਟੂ 0 ਰੱਖ ਦੇਣਾ, ਠੀਕ ਹੈ ਜੀ? ਓਕੇ, ਹੁਣ ਇਹਨੂੰ ਸੋਲਵ ਕਰਾਂਗੇ। ਇਹ ਬਣ ਜੂਗਾ 16a ਮਾਈਨਸ 2b ਇਜ਼ ਇਕੁਅਲ ਟੂ 20, ਤੁਹਾਡੀ ਫਸਟ ਇਕੁਏਸ਼ਨ ਹੋ ਗਈ। ਉਸ ਤੋਂ ਬਾਅਦ ਤੁਸੀਂ ਐਕਸ ਮਾਈ ਇਕੁਅਲ ਨੂੰ 2 ਪੁੱਟ ਕਰਾਂਗੇ ਇਹਦੇ ਵਿੱਚ, ਤਾਂ ਤੁਹਾਡੇ ਕੋਲ ਜਿਹੜੀ ਇਕੁਏਸ਼ਨ ਬਣੇਗੀ ਹੋਏਗੀ 16 ਪਲੱਸ 2b ਇਕੁਅਲ ਟੂ 12। ਹੁਣ ਇਕੁਏਸ਼ਨ ਨੰਬਰ 1 ਅਤੇ ਇਕੁਏਸ਼ਨ ਨੰਬਰ 2 ਨੂੰ ਤੁਸੀਂ ਕਿਸੇ ਵੀ ਮੈਥਡ ਦੇ ਨਾਲ ਸੋਲਵ ਕਰ ਸਕਦੇ ਜੀ। ਜਿਸ ਤਰ੍ਹਾਂ ਮੈਂ ਕਰ ਰਿਹਾ ਐਡਿੰਗ 1 ਐਂਡ 2, ਐਡਿੰਗ 1 ਐਂਡ 2 ਕਰਾਂਗਾ ਤਾਂ 16 ਮਾਈਨਸ 2b ਇਜ਼ ਇਕੁਅਲ 20, 16 ਪਲੱਸ 2b ਇਜ਼ ਇਕੁਅਲ 12, 2b ਨਾ 2b ਕੈਂਸਲ ਹੋ ਜਾਣਗੇ, ਠੀਕ ਹੈ? 16 ਅਤੇ 16 32a ਇਜ਼ ਇਕੁਅਲ ਟੂ 32, ਤਾਂ ਏ ਦੀ ਵੈਲਿਊ ਸਾਡੇ ਕੋਲ ਆ ਗਈ 1, ਠੀਕ ਹੈ ਜੀ? ਹੁਣ ਜਿਹੜਾ ਏ ਸਾਡੇ ਕੋਲ 1 ਆਇਆ ਹੈ ਉਹਨੂੰ ਅਸੀਂ ਪੁੱਟ ਕਰਾਂਗੇ ਇਕੁਏਸ਼ਨ ਨੰਬਰ 1 ਦੇ ਵਿੱਚ ਜਾਂ 2 ਜਿਹਦੇ ਵਿੱਚ ਮਰਜ਼ੀ ਪੁੱਟ ਕਰ ਦਿਓ। 16a ਹੀ ਸੀਗਾ ਇੱਥੇ, 16 ਹੋ ਗਿਆ। 16 ਮਾਈਨਸ 2b ਇਕੁਅਲ ਟੂ 20, ਅਤੇ ਸਾਡੇ ਕੋਲ ਬੀ ਦੀ ਵੈਲਿਊ ਆ ਗਈ ਮਾਈਨਸ 2। ਓਕੇ, ਹੁਣ ਏ ਪਲੱਸ ਬੀ ਦੀ ਸਾਨੂੰ ਵੈਲਿਊ ਫਾਈਂਡ ਕਰਨ ਵਾਸਤੇ ਕਿਹਾ ਸੀ, ਤਾਂ ਏ ਪਲੱਸ ਬੀ ਕੀ ਹੋ ਜਾਏਗਾ? ਏ ਦੀ ਵੈਲਿਊ 1, ਬੀ ਦੀ ਵੈਲਿਊ ਮਾਈਨਸ 2, ਦੋਵਾਂ ਨੂੰ ਐਡ ਕੀਤਾ ਸਾਡੇ ਕੋਲ ਆ ਗਿਆ ਮਾਈਨਸ 1, ਠੀਕ ਹੈ? ਸੋ ਕੁਐਸਚਨ ਨੰਬਰ 99 ਜਿਹੜਾ ਹੈ ਉਹਦਾ ਆਂਸਰ ਮਾਈਨਸ 1 ਹੋਏਗਾ, ਠੀਕ ਹੈ ਜੀ? ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 100। ਕਾਫੀ ਲੈਂਥੀ ਕੁਐਸਚਨ ਹੈ ਅਤੇ ਅਗਰ ਪੇਪਰ ਦੇ ਵਿੱਚ ਆ ਰਿਹਾ ਹੈ ਤਾਂ ਮੈਂ ਸੁਜੈਸਟ ਕਰਾਂਗਾ ਕਿ ਲਾਸਟ ਵਿੱਚ ਕਰਿਓਗਾ, ਟਾਈਮ ਬਚਦਾ ਹੈ ਅਤੇ, ਠੀਕ ਹੈ? ਕਿਉਂਕਿ ਜਿਹੜਾ ਕੁਐਸਚਨ ਤੁਹਾਨੂੰ ਸਮਝ ਜਲਦੀ ਨਾ ਆਵੇ, ਠੀਕ ਹੈ, ਤਾਂ ਉਹਨੂੰ ਥੋੜ੍ਹਾ ਲੇਟ ਕਰਨਾ ਜਿਹੜਾ ਬੈਨੀਫਿਸ਼ਲ ਹੁੰਦਾ। ਸੋ ਕੁਐਸਚਨ ਕੀ ਹੈ? ਇਹ ਸੋਲਿਡ ਮੈਟਲ ਸਿਲੰਡਰ ਆਫ 10 ਸੈਂਟੀਮੀਟਰ ਹਾਈਟ ਐਂਡ 14 ਸੈਂਟੀਮੀਟਰ ਡਾਇਆਮੀਟਰ ਇਜ਼ ਮੈਲਟਿਡ ਐਂਡ ਰੀਕਾਸਟ ਇਨ ਟੂ 2 ਕੋਨਸ ਇਨ ਦੀ ਪ੍ਰਪੋਰਸ਼ਨ ਆਫ 3:4 ਵੋਲਿਊਮ, ਠੀਕ ਹੈ ਜੀ? ਕਹਿੰਦੇ ਇੱਕ ਸੋਲਿਡ ਮੈਟਲ ਦਾ ਸਿਲੰਡਰ ਹੈ ਜਿਹਦੀ 10 ਸੈਂਟੀਮੀਟਰ ਹਾਈਟ ਆ ਅਤੇ 14 ਸੈਂਟੀਮੀਟਰ ਡਾਇਆਮੀਟਰ ਹੈ। 14 ਸੈਂਟੀਮੀਟਰ ਡਾਇਆਮੀਟਰ ਦਾ ਮਤਲਬ ਹੁੰਦਾ ਕਿ 7 ਸੈਂਟੀਮੀਟਰ ਦਾ ਰੇਡੀਅਸ ਹੋ ਗਿਆ, ਠੀਕ ਹੈ? ਅਗਰ ਹਾਈਟ 10 ਸੈਂਟੀਮੀਟਰ ਹੀ ਰੱਖੀ ਜਾਵੇ ਅਤੇ 2 ਇਹਦੇ ਕੋਨਸ ਬਣਾਏ ਜਾਣ ਜਿਹਨਾਂ ਦੀ ਵੋਲਿਊਮ ਦੀ ਰੇਸ਼ੀਓ 3:4 ਹੋਵੇ, ਦੈਨ ਵਟ ਵੁੱਡ ਬੀ ਦਾ ਪਰਸੈਂਟੇਜ ਚੇਂਜ ਇਨ ਦਾ ਫਲੈਟ ਸਰਫੇਸ ਏਰੀਆ ਬਿਫੋਰ ਐਂਡ ਆਫਟਰ, ਠੀਕ ਹੈ ਜੀ? ਸੋ ਕਹਿੰਦੇ ਕਿ ਫਲੈਟ ਸਰਫੇਸ ਏਰੀਆ ਜਿਹੜਾ ਹੁੰਦਾ, ਫਲੈਟ ਸਰਫੇਸ ਏਰੀਆ ਦਾ ਮਤਲਬ ਕਿ ਦੇਖੋ ਜੀ, ਜਿਹੜਾ ਸਿਲੰਡਰ ਹੈ ਉਹ ਵੀ ਕਰਵਡ ਹੈਗਾ ਅਤੇ ਜਿਹੜੇ ਕੋਨਸ ਹੁੰਦੇ ਨੇ ਉਹ ਵੀ ਕਰਵਡ ਹੁੰਦੇ ਆ, ਠੀਕ ਹੈ? ਉਹਨਾਂ ਦੇ ਜਿਹੜੇ ਐਂਡਸ ਹੁੰਦੇ ਆ, ਠੀਕ ਹੈ, ਉਹ ਹੁੰਦੇ ਨੇ ਫਲੈਟ। ਸੋ ਤੁਹਾਨੂੰ ਦੱਸਾਂਗਾ ਮੈਂ ਕਿਸ ਤਰ੍ਹਾਂ। ਹੁਣ ਆਓ 100th ਕੁਐਸਚਨ ਜਿਹੜਾ ਹੈ ਉਹ ਸੋਲਵ ਕਰਦੇ ਹਾਂ। ਹੁਣ ਦੇਖੋ ਇਹ ਕੁਐਸਚਨ ਦੇ ਵਿੱਚ ਕੀ ਸਮ ਦਿੱਤਾ ਹੋਇਆ। ਸਾਡੇ ਕੋਲ ਇੱਕ ਸਿਲੰਡਰ ਹੈ, ਠੀਕ ਹੈ? ਸਿਲੰਡਰ ਅਤੇ ਆ ਕੋਨ ਹੈ ਅਤੇ ਆ ਕੋਨ ਹੈ। ਹੁਣ ਆ ਸਿਲੰਡਰ ਦਾ ਰੇਡੀਅਸ ਅਸੀਂ ਮੰਨ ਲੈਂਦੇ ਹਾਂ ਆਰ, ਕੋਨ ਦਾ R1, ਦੂਸਰੇ ਕੋਨ ਦਾ R2। ਹਾਈਟ ਸਾਰਿਆਂ ਦੀ ਸੇਮ ਆ, ਵੋਲਿਊਮ ਇਹਦੀ ਮੰਨ ਲਓ V, ਇਹਦੀ V1, ਇਹਦੀ V2। ਹਾਈਟ ਤਿੰਨਾਂ ਦੀ 10, 10, 10 ਹੋਏਗੀ, ਠੀਕ ਹੈ? ਅਤੇ ਫਲੈਟ ਸਰਫੇਸ ਏਰੀਆ ਹੁੰਦੇ ਨੇ ਆਵਲ, ਜਿਹਨੂੰ ਮੈਂ ਸ਼ੇਡ ਕੀਤਾ ਹੋਇਆ। ਆ ਫਲੈਟ ਸਰਫ, ਆਹ ਸਾਰਾ ਕਰਵਡ ਅਪ ਏਰੀਆ, ਠੀਕ ਹੈ? ਫਲੈਟ ਇੱਕ ਆ ਸਰਫੇਸ ਹੋ ਗਿਆ, ਇੱਕ ਆ ਸਰਫੇਸ ਹੋ ਗਿਆ, ਕਿਉਂਕਿ ਸਾਨੂੰ ਪਤਾ ਵਾ ਕਿ ਇਹ ਦੋਵੇਂ ਸਰਕਲਸ ਨੇ ਅਤੇ ਸਰਕਲ ਦਾ ਏਰੀਆ ਕਿੰਨਾ ਹੁੰਦਾ? πr². ਸੋ 2 ਸਰਕਲ ਦਾ ਏਰੀਆ ਕਿੰਨਾ ਹੋ ਜਾਏਗਾ? πr² ਪਲੱਸ πr² ਇਕੁਅਲ ਟੂ 2πr². ਜਿਹੜਾ ਕੋਨ ਹੈ ਇਹਦਾ ਇਕੱਲਾ πr1 ਦਾ ਸਕੇਅਰ, ਕਿਉਂਕਿ ਇਹਦਾ ਰੇਡੀਅਸ r1 ਹੈ ਅਤੇ ਇਹਦਾ πr2 ਦਾ ਸਕੇਅਰ। ਓਕੇ, ਹੁਣ ਸਾਨੂੰ ਕੀ ਗਿਆ, ਕਿਹਾ ਗਿਆ ਕਿ ਜਿਹੜੇ ਕੋਨਸ ਨੇ ਉਹਨਾਂ ਦੀ ਜਿਹੜੀ ਵੋਲਿਊਮ ਹੈ ਉਹਨਾਂ ਦੇ ਵਿੱਚ ਜੋ ਰੇਸ਼ੋ ਆ ਉਹ 3:4 ਹੈ, ਯਾਨੀ ਕਿ v1/v2 3:4। ਅਸੀਂ ਇਹ ਵੀ ਲਿਖ ਸਕਦੇ ਹਾਂ ਕਿ v1 = 3x ਅਤੇ v2 = 4x। ਹੁਣ ਜਦੋਂ ਅਸੀਂ ਕਿਸੇ ਮੈਟਲ ਦੇ
ਕਿਸੇ ਫਿਗਰ ਨੂੰ ਮੈਲਟ ਕਰਕੇ ਦੂਸਰੀ ਫਿਗਰ ਵਿੱਚ ਕਨਵਰਟ ਕਰਦੇ ਹਾਂ ਤਾਂ ਉਹਦਾ ਅਮਾਊਂਟ ਹੈ ਉਹ ਕਦੀ ਚੇਂਜ ਨਹੀਂ ਹੁੰਦਾ, ਇਟ ਮੀਨਸ ਕਿ ਵੋਲਿਊਮ ਜਿਹੜੀ ਆ ਉਹ ਸੇਮ ਰਹੇਗੀ ਬਿਫੋਰ ਐਂਡ ਆਫਟਰ। ਯਾਨੀ ਕਿ ਵੋਲਿਊਮ ਆਫ ਸਿਲੰਡਰ ਇਜ ਇਕੁਅਲ ਟੂ ਵੋਲਿਊਮ ਆਫ ਕੋਨ 1 ਪਲੱਸ ਵੋਲਿਊਮ ਆਫ ਕੋਨ 2। ਯਾਨੀ ਕਿ ਵੀ ਆ ਜਾਏਗਾ 3x ਪਲੱਸ 4x ਇਕੁਅਲ ਟੂ 7x। ਠੀਕ ਹੈ ਜੀ, ਹੁਣ ਤਿੰਨਾਂ ਦੀ ਰੇਸ਼ੀਓ ਕੀ ਹੋ ਗਈ? ਵੀ ਦੀ ਰੇਸ਼ੀਓ ਹੋ ਗਈ 7x, ਯਾਨੀ ਕਿ 7, V1 ਦੀ 3 ਦਿੱਤੀ ਹੋਈ ਹੈ ਪਹਿਲੇ ਅਤੇ V2 ਦੀ 4। ਠੀਕ ਹੈ, ਠੀਕ ਹੈ ਜੀ। ਸੋ ਸਾਡੇ ਕੋਲ V1 ਅਤੇ V2 ਦੀ ਰੇਸ਼ੀਓ ਜਿਹੜੀ 7:3:4 ਆ ਜਾਏਗੀ। ਹੁਣ ਵੀ ਕਿੰਨੀ ਹੁੰਦੀ ਹੈ? ਤੁਹਾਨੂੰ ਪਤਾ ਹੀ ਹੈ ਕਿ ਸਿਲੰਡਰ ਦਾ ਜਿਹੜਾ ਵੋਲਿਊਮ ਦਾ ਫਾਰਮੂਲਾ ਹੈ ਹੁੰਦਾ ਪਾਈ ਆਰ ਸਕੁਅਰ ਐਚ। ਸੋ ਉੱਥੇ ਅਸੀਂ ਪਾਈ ਆਰ ਸਕੁਅਰ ਐਚ ਲਗਾਵਾਂਗੇ ਅਤੇ ਕੋਨ ਦੀ ਜਿਹੜੀ ਵੋਲਿਊਮ ਹੁੰਦੀ ਹੁੰਦੀ 1/3 ਪਾਈ ਆਰ ਸਕੁਅਰ ਐਚ। ਸੋ ਉੱਥੇ ਆਰ ਦੀ ਥਾਂ 'ਤੇ ਅਸੀਂ ਆਰ 1 ਲੈ ਰਹੇ ਹਾਂ, ਇੱਥੇ ਆਰ ਦੀ ਥਾਂ 'ਤੇ ਆਰ 2 ਲੈ ਰਹੇ ਹਾਂ। ਸੋ ਇਹਨਾਂ ਦੀ ਵੋਲਿਊਮ ਦੀ ਜਿਹੜੀ ਰੇਸ਼ੀਓ ਹੈ ਉਹ 7:3:4 ਆ ਜਾਏਗੀ। ਹੁਣ ਦੇਖੋ ਜੀ, ਪਾਈ ਆਰ ਸਕੁਅਰ ਐਚ ਅਗਰ ਤਿੰਨਾਂ ਵਿੱਚ ਅਸੀਂ ਪਾਈ ਨੂੰ ਕੱਟ ਦਿੰਦੇ ਹਾਂ, ਪਾਈ ਪਾਈ ਅਤੇ ਪਾਈ ਜਿਹੜਾ ਕੈਂਸਲ ਆਊਟ ਹੋ ਜਾਏਗਾ। ਇਸ ਤੋਂ ਬਾਅਦ ਐਚ ਅਤੇ ਐਚ ਵੀ ਤਿੰਨਾਂ ਦੇ ਵਿੱਚ ਕੈਂਸਲ ਆਊਟ ਹੋ ਜਾਏਗਾ। ਹੁਣ ਇੱਥੇ ਆਰ ਸਕੇਅਰ ਦੀ ਵੈਲਿਊ ਆ ਜਾਏਗੀ 7। ਠੀਕ ਹੈ, ਹੁਣ ਆਰ ਵਨ ਸਕੇਅਰ ਬਾਏ 3 ਦੀ ਵੈਲਿਊ 3 ਹੈ। ਸੋ ਇਹ 3 ਨੂੰ ਉਧਰ ਜਾ ਕੇ ਮਲਟੀਪਲਾਈ ਕਰ ਦਾਂਗੇ ਅਤੇ 9 ਬਣ ਜਾਏਗਾ। ਅਤੇ ਆਹ ਜਿਹੜਾ ਆਰ 2 ਦਾ ਸਕੇਅਰ ਓਵਰ 3 ਹੈ, ਜਾ ਕੇ ਇੱਥੇ 3 ਉਧਰ ਜਾ ਕੇ ਕੀ ਬਣ ਜਾਏਗਾ? 12 ਹੋ ਜਾਏਗਾ। ਠੀਕ ਹੈ, ਸੋ ਸਾਡੇ ਕੋਲ ਆਰ ਇਜ਼ ਟੂ ਆਰ 1 ਸਕੇਅਰ ਇਜ਼ ਟੂ ਆਰ 2 ਦਾ ਸਕੇਅਰ ਦੀ ਜਿਹੜੀ ਰੇਸ਼ੋ ਆ ਰਹੀ 7:9:12 ਆ ਰਹੀ ਹੈ। ਸੋ ਅਸੀਂ ਕੀ ਕਰਾਂਗੇ, ਆਰ ਸਕੇਅਰ ਨੂੰ ਮੰਨ ਲਾਂਗੇ 7A, ਆਰ 1 ਸਕੇਅਰ ਨੂੰ ਮੰਨ ਲਾਂਗੇ 9A ਅਤੇ ਆਰ 2 ਸਕੇਅਰ ਨੂੰ ਮੰਨ ਲਾਂਗੇ 12A। ਹੁਣ ਗੱਲ ਆਉਂਦੀ ਹੈ ਫਲੈਟ ਸਰਫੇਸ ਏਰੀਆ ਦੀ। ਠੀਕ ਹੈ, ਸੋ ਸਿਲੰਡਰ ਦਾ ਫਲੈਟ ਸਰਫੇਸ ਏਰੀਆ ਕਿੰਨਾ ਹੁੰਦਾ? 2πr² ਅਸੀਂ ਹੁਣੇ ਦੇਖਿਆ ਸੀ ਪਿਛਲੀ ਪੇਜ ਦੇ ਉੱਤੇ। ਠੀਕ ਹੈ, ਸੋ ਇਹ ਇਕੁਅਲ ਟੂ ਹੋਏਗਾ ਦੋਨਾਂ ਦੇ ਸਰਫੇਸ ਏਰੀਆ ਦੇ। ਠੀਕ ਹੈ, ਪਾਈ ਆਰ 1 ਦਾ ਸਕੇਅਰ ਪਲੱਸ ਪਾਈ ਆਰ 2 ਦਾ ਸਕੇਅਰ। ਠੀਕ ਹੈ, ਸੋ ਉਹਨਾਂ ਅਸੀਂ ਇਹਨਾਂ ਨੂੰ ਇਕੁਅਲ ਰੱਖ ਕੇ ਦੇਖਦੇ ਹਾਂ ਕਿ ਆਹ ਕਿੰਨਾ ਆ ਰਿਹਾ ਅਤੇ ਉਹ ਕਿੰਨਾ ਆ ਰਿਹਾ ਵਾ। ਠੀਕ ਹੈ, ਹੁਣ ਪਹਿਲੇ ਸੀਗੀ ਇੰਨੀ, ਠੀਕ ਹੈ, ਸਾਡੇ ਕੋਲ ਆ ਰਿਹਾ ਸੀ 14A। ਅਸੀਂ ਇਨਸੋਰੈਂਸ ਸੋਲਵ ਕੀਤਾ, ਪਾਈ ਇੰਟੂ 2R². ਠੀਕ ਹੈ, ਪਾਈ ਨਾਲ ਪਾਈ ਕੈਂਸਲ ਹੋ ਗਿਆ, 2R² ਇਜ਼ ਇਕੁਅਲ ਟੂ R1² ਪਲੱਸ R2² 14A ਇਜ਼ ਇਕੁਅਲ ਟੂ 21A। ਪਹਿਲੇ ਸੀ ਜਿਹੜਾ ਫਲੈਟ ਸਰਫੇਸ ਏਰੀਆ 14A ਸੀਗਾ, ਬਾਅਦ 'ਚੋਂ ਬਣ ਗਿਆ 21A। ਠੀਕ ਹੈ ਜੀ, ਸੋ ਪਰਸੈਂਟੇਜ ਚੇਂਜ ਜਿਹੜੀ ਆ ਰਹੀ ਹੋ ਗਈ ਹੈ 21A-14A/14A×100। ਠੀਕ ਹੈ, ਯਾਨੀ ਕਿ 50% ਤੁਹਾਡਾ ਆਂਸਰ ਆ ਜਾਏਗਾ ਇਹਨੂੰ ਕੱਟ ਕਰਨ ਤੋਂ ਬਾਅਦ। ਜੇ ਤੁਸੀਂ ਸੋਲਵ ਕਰੋਗੇ ਇੱਥੇ ਬਣ ਜਾਏਗਾ 7A। ਮੈਂ ਕਰਕੇ ਦਿਖਾ ਦਿੰਦਾ ਵਾਂ, 21-14 7A/14A×100 7172 50। ਠੀਕ ਹੈ ਜੀ, ਸੋ 50% ਇਹਦਾ ਆਂਸਰ ਆਏਗਾ। ਨੈਕਸਟ ਕੁਸ਼ਚਨ ਦੇਖਦੇ ਹਾਂ, ਕੁਸ਼ਚਨ ਨੰਬਰ 101। ਇਹ ਕੁਸ਼ਚਨ ਕਾਫੀ ਮੁਸ਼ਕਿਲ ਹੈ ਸਮਝਣਾ। ਦਾ ਸਰਕਮਫਰੈਂਸ ਆਫ ਫਰੰਟ ਵੀਲ ਆਫ ਅ ਕਾਰਟ ਇਜ਼ 30 feet ਲੋਂਗ ਐਂਡ ਬੈਕ ਵੀਲ ਇਜ਼ 36 feet ਲੋਂਗ। ਠੀਕ ਹੈ, ਇੱਕ ਕਾਰਟ ਹੈ, ਇੱਕ ਗੱਡੀ ਹੈ ਜਿਹਦਾ ਅਗਲਾ ਜਿਹੜਾ ਚੱਕਾ ਹੈ ਉਹ 30 feet ਲੰਬਾ ਅਤੇ ਪਿਛਲਾ ਚੱਕਾ 36 feet ਲੰਬਾ ਹੈ। ਤਾਂ ਸਰਕਮਫਰੈਂਸ ਘੇਰੇ ਦੀ ਗੱਲ ਕਰ ਰਹੇ ਹਾਂ, ਘੇਰਾ ਜਿਹੜਾ ਉਹਦਾ 30 feet ਲੰਬਾ ਹੈ ਅਤੇ 36 feet ਲੰਬਾ ਹੈ। ਵਟ ਇਜ਼ ਦਾ ਡਿਸਟੈਂਸ ਟਰੈਵਲ ਬਾਏ ਦਾ ਕਾਰਟ ਵੈਨ ਫਰੰਟ ਵੀਲ ਹੈਜ਼ ਡਨ 5 more ਰੈਵੋਲਿਊਸ਼ਨ ਦੈਨ ਰੀਅਰ ਵੀਲ। ਅਗਰ ਅਗਲਾ ਚੱਕਾ ਪਿਛਲੇ ਚੱਕੇ ਨਾਲੋਂ 5 ਚੱਕਰ ਜ਼ਿਆਦਾ ਲਗਾਉਂਦਾ ਹੋਵੇ ਤਾਂ ਕਿੰਨਾ ਡਿਸਟੈਂਸ ਕਵਰ ਕਰਨਗੇ ਉਹ? ਸੋ ਇਹ ਕੁਸ਼ਚਨ ਥੋੜ੍ਹਾ ਜਿਹਾ ਕਲੀਅਰ ਨਹੀਂ ਸੀ, ਇਸ ਕਰਕੇ ਲਾਸਟ ਟਾਈਮ ਇਸ ਕੁਸ਼ਚਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਆਈ ਸੀ ਸਭ ਨੂੰ। ਦੇਖਦੇ ਹਾਂ ਕਿਵੇਂ ਸੋਲਵ ਕਰਨਾ। ਮੰਨ ਲਓ ਕਿ ਅਗਲਾ ਚੱਕਾ ਜਿਹੜਾ ਕਿ ਫਰੰਟ ਵਾਲਾ ਹੈ, ਫਰੰਟ ਵਾਲੇ ਦਾ ਸਰਕਮਫਰੈਂਸ 30 feet ਹੈ ਦਿੱਤਾ ਹੋਇਆ ਸਾਨੂੰ, ਗਿਵਨ ਆ, ਅਤੇ ਬੈਕ ਵਾਲਾ ਜਿਹੜਾ ਹੈ ਉਹਦਾ ਸਰਕਮਫਰੈਂਸ 36 feet ਹੈਗਾ। ਹੁਣ ਦੱਸਿਆ ਕੀ ਗਿਆ ਵਾ ਕਿ ਅਗਲਾ ਚੱਕਾ ਜਿਹੜਾ ਹੈ ਉਹ 5 revolution ਜ਼ਿਆਦਾ ਲੈਂਦਾ ਹੈ ਪਿਛਲੇ ਚੱਕੇ ਨਾਲੋਂ। ਠੀਕ ਹੈ, ਲੈਟ ਬੈਕ ਵੀਲ ਡਨ ਐਨ ਰੈਵੋਲਿਊਸ਼ਨ। ਅਸੀਂ ਕੀ ਮੰਨ ਲਿਆ ਕਿ ਜਿਹੜਾ ਪਿਛਲਾ ਚੱਕਾ ਸੀਗਾ ਆਹ ਵਾਲਾ, ਇਹਨੇ ਐਨ ਰੈਵੋਲਿਊਸ਼ਨ ਜਿਹੜੀਆਂ ਨੇ ਉਹ ਐਨ ਚੱਕਰ ਲਗਾਏ। ਠੀਕ ਹੈ, ਸੋ ਅਗਲੇ ਦੂਸਰੇ ਬੰਨੇ ਕੀ ਲਗਾਏ ਹੋਣਗੇ? 5 extra ਲਗਾਏ ਹੋਣਗੇ, ਯਾਨੀ ਕਿ n+5 ਲਗਾਏ ਹੋਣਗੇ। ਠੀਕ ਹੈ, ਬਟ ਜਿਹੜਾ ਡਿਸਟੈਂਸ ਹੈਗਾ ਵਾ ਉਹ ਦੋਨੋਂ ਕਾਰਟਸ ਨੇ, ਦੋਵੇਂ ਜਿਹੜੇ ਵੀਲਸ ਨੇ ਉਹਨਾਂ ਨੇ ਸੇਮ ਕਵਰ ਕੀਤਾ। ਠੀਕ ਹੈ, ਇਸ ਕਰਕੇ ਇਹਦਾ ਡਿਸਟੈਂਸ ਕਿੰਨਾ ਹੋਏਗਾ? n×C2 = n+5×C1। C2 ਅਤੇ C1 ਸਾਨੂੰ ਵੈਲਿਊਜ਼ ਗਿਵਨ ਨੇ 30 ਅਤੇ 36, ਉਹ ਅਸੀਂ ਇਹਦੇ ਵਿੱਚ ਫਿਲ ਕਰ ਦੇਣੀਆਂ ਵਾਂ। 36n = 30×n+5। ਠੀਕ ਹੈ ਜੀ, ਸੋ ਸਾਡੇ ਕੋਲ n ਦੀ ਜਿਹੜੀ ਵੈਲਿਊ ਆ ਰਹੀ ਹੈ ਇਹਨੂੰ ਸੋਲਵ ਕਰਕੇ ਉਹ ਆ ਰਹੀ 25। ਹੁਣ ਡਿਸਟੈਂਸ ਜਿਹੜਾ ਦੋਨੋਂ ਨੇ ਸੇਮ ਕਵਰ ਕੀਤਾ, ਤੁਸੀਂ ਚਾਹੇ ਇਹਦੇ ਵਿੱਚ ਚਾਹੇ ਇਹਦੇ ਵਿੱਚ ਜਿਹਦੇ ਵਿੱਚ ਮਰਜ਼ੀ ਤੁਸੀਂ ਜਿਹੜਾ ਡਿਸਟੈਂਸ ਦੇ ਵਿੱਚ ਤੁਸੀਂ ਫਿਲ ਕਰ ਦਿਓ n ਦੀ ਵੈਲਿਊ, ਅਸੀਂ ਇਹਦੇ ਵਿੱਚ ਫਿਲ ਕਰ ਦਿੰਦੇ ਹਾਂ 36n ਡਿਸਟੈਂਸ ਸੀਗਾ, 36×25 900 feet ਜਿਹੜਾ ਸਾਡਾ ਆਂਸਰ ਆ ਜਾਏਗਾ। ਸੋ ਇਹਦਾ ਆਂਸਰ ਹੈ ਆਪਣੇ ਕੋਲ 900 feet। ਓਕੇ ਜੀ, ਇਸ ਤੋਂ ਬਾਅਦ ਨੈਕਸਟ ਕੁਸ਼ਚਨ ਹੈ, ਕੁਸ਼ਚਨ ਨੰਬਰ 102।
If the lateral faces are perpendicular to the base of a prism, then it is called. देखो जी तो perpendicular दी गल आ गई, तो फिर वो right prism होएगा, ठीक है? Next question. Measured angle, measure of two angles between hour and minute hands of a clock at 9 o'clock. जो तो 9 बजे होन, ठीक है? तो 9 बजे कड़ी दे जी या मिनट वाली सुइयां नहीं तो घंटे वाली सुई जी है, उधर विच की एंगल बनेगा, वो देख दें यार. Suppose करोगे एक clock है, ठीक है? तो आ हैगा अपने कोल 9 बजे, पूरे 9 इस तरह बजते हैं, ठीक है जी? सो एक पूरा परपेंडिकुलर बन गया, 90 डिग्री का एंगल जोड़ा वो बनेगा, ठीक है? हुण पूरा एंगल कितना होता है, 360 डिग्री, ठीक है? 360 विचों 90 माइनस कर दो तो जो एंगल बचेगा कि बन गया 270 डिग्री. ओके, सो 270 प्लस 90 360 होंगे है, सो यदा आंसर आएगा 90 डिग्री. अगर आप क्लॉकवाइज मेजर करिए, अगर इतनों मेजर करा तो फिर 270 डिग्री, ठीक है? सो दो प्रकार के एंगल्स बन सकते हैं, एक आवला तो एक आवला, ठीक है? सो यदा आंसर जोड़ा है इस क्वेश्चन का वो आएगा 270 डिग्री एंड 90 डिग्री. नैक्सट क्वेश्चन, ए स्क्वेयर हैज़ रोटेशनल समिट्री ऑफ द ऑर्डर. देखो जी जो आप समिट्री का ऑर्डर कढ़ना हों, ठीक है, तो असी की करते हैं कि स्क्वेयर न पहले समझते हैं कि रोटेशनल समिट्री होंगी की है, ठीक है? अगर असी इनू एक बार घुमावे, ठीक है, क्लॉकवाइज या एंटी क्लॉकवाइज, तो जो स्क्वेयर है वो शेप जी दोबारा उस तरह की बन जाएगी, ठीक है? सो यदा टोटल एंगल कि होंगे 360, ठीक है? तो वैसे यदा एंगल कि 90 डिग्री, कट करो 4 का आंसर आ जाएगा. ओके, सो 4 होंगी है जी. समिट्री का मतलब होंगे कि असं घुमा के किन्नी बारी एग्जैक्ट जी शेप असी प्राप्त कर सकते हैं, से यदा आंसर 4 आएगा. नैक्सट क्वेश्चन, द हाइट ऑफ ए रैक्टेंगल इन ए हिस्टोग्राम शोज वट, ठीक है? हूँ तुम्हें पता ही है कि हिस्टोग्राम असं किनू कहने, सपोज करो कि एक इस तरह असं ग्राफ ड्रा कर रहे हैं, ठीक है? वो भावें ग्राफ बार ग्राफ असं मन के चलते हैं, ठीक है जी? बार ग्राफ है मान लो, ठीक है, इस तरह का. हूँ बार ग्राफ के विच तुहानू पता क्या होंदी है, क्लास विड्थ या क्लास साइज आपां नूं कहिंदे आ, ठीक है? 100 तो लैके 150 तक इस तरह की ये दिती होंदी उन्होंने, तो उपर नूं होंदी है नंबर ऑफ एलीमेंट्स, यानी असीं फ्रीकुएंसी कहिंदे आ, ठीक है? सो जिहड़ी अप टू डाउन होंदी है, जिहड़ी कि वर्टिकल वाई एक्सिस वाले साइड ते एक्सिस हुंदा वा, ठीक है? सो वाई एक्सिस वाली साइड ते जो की शो करता वो फ्रीकुएंसी ऑफ द क्लास, ठीक है जी? सो इहदा आंसर डी आ जाएगा. नैक्सट क्वेश्चन है जी अपने कोल, इफ़ द डिफरेंस ऑफ द मोड एंड मीडियन ऑफ ए डाटा इज 24, दैन द डिफरेंस ऑफ द मीडियन एंड मीन इज. हूँ ए वास्ते जी एक सिंपल जहा फॉर्मूला है, असी बचपन में ही पढ़िया होएगा 8th-9th क्लास के, ठीक है? वो फॉर्मूला की हैगा, वो फॉर्मूला है जी, मीन माइनस मोड इज इक्वल टू 3 मीन माइनस मीडियन, ठीक है? सो असी करांगे ब्रैकेट के मल्टीप्लाई करांगे 3 नू, 3 मीन माइनस 3 मीडियन बन जाएगा. सारा कुछ एको साइड पर लै आओ, यह बन जाएगा अपने को मीन माइनस मोड, ए 3 मीन उधर आके माइनस का हो जाएगा, तो यह माइनस वाले आके प्लस का हो जाएगा, ठीक है? इस तो बाद की होएगा माइनस 3 मीन प्लस 1 मीन हो गया माइनस 2 मीन, ठीक है जी? इस तो बाद 3 मीडियन माइनस मोड. हूँ इतने 2 मीन है, असी यह 3 मीडियन तोड़ दें 2 मीन प्लस 1 मीडियन, 2 मीडियन प्लस 1 मीडियन, ठीक है? हूँ की होएगा कि इसको आप 2 कॉमन कर लेंगे, यह बन जाएगा मीडियन माइनस मीन, तो इधर बन जाएगा मीडियन माइनस मोड, ठीक है? हूँ मीडियन माइनस मोड यानी कि मीडियन तो मोड का जो डिफरेंस है वो सू 24 गिवन है, ठीक है? सो असी फाइंड करना है मीडियन तो मीन का डिफरेंस. सो ए 24 तो जाएगा, माइनस 24 हो जाएगा, 2 ना डिवाइड करेंगे माइनस 12 आएगा. बट सानू ए नहीं सी दसिया होया कि मोड वड्डा है या मीडियन वड्डा है, सिर्फ सानू डिफरेंस क्या सी, ठीक है? सो प्लस माइनस कुछ भी हो सकता है, तो आंसर के साथ पॉजिटिव आंसर है, इस करके आप पॉजिटिव मन के चलेंगे, 12 साडा जिहड़ा इहदा आंसर आएगा, 12, ठीक है जी? 106 क्वेश्चन असी सॉल्व कर लिया. इस तो बाद क्वेश्चन नंबर 107, द रेडियस ऑफ ए स्फेरिकल बलून इंक्रीजेस फ्रॉम 7 सेंटीमीटर टू 14 सेंटीमीटर व्हेन एयर इज पंप्ड इनटू इट. एक गुब्बारा है जिसका रेडियस 7 सेंटीमीटर है, जो उस हवा भरी जाती है तो वह 14 सेंटीमीटर रेडियस का हो जाता है, ठीक है? द रेशियो ऑफ द सर्फेस एरिया ऑफ ओरिजिनल बलून टू इनफ्लेटेड वन इज. ओरिजिनल बलून जिहड़ा सी जिहदा कि रेडियस 7 सेंटीमीटर सीगा, उहदे विच हवा भरन तों बाद जदों 14 सेंटीमीटर का हो गया तो उसके सरफेस एरिया दे विच की डिफरेंस आएगा, ठीक है जी? सो इस क्वेश्चन नूं किवें सोल्व करना है, देखो जी रेडियस गिवन हैगा 7 सेंटीमीटर, दूसरा रेडियस जिहड़ा है बाद विच फुलाउण तों बाद 14 सेंटीमीटर हो जाता है. सरफेस एरिया का फॉर्मूला होंदा 4 πr²
इतने अं 4πr1 का स्केयर करांगे, पाई की वैल्यू फिल करांगे, आर की वैल्यू फिल करांगे, तो 616 सेंटीमीटर साडा एरिया वन निकलेगा। उस तो बाद फलाउन तो बाद आर टू फिल होएगा, आर टू का मतलब कि 14 सेंटीमीटर, 14 फिल करके साढ़े को आ रहा है 2464। ठीक है जी, हूँ आप रेशियो कढ़ांगे 616/2464 तो आ जाएगा 1:4 कटिंग करके। सो ये जी रेशियो है 1:4 है। कुछ लोगों ने इनू यूट्यूब की वीडियो पर गलत तरीके किया होया है, सो मैं उन्होंने गुजारिश करा गलत प्लीज़ मिसगाइड ना करो किसी। इस तो बाद नैक्सट क्वेश्चन है जी, ए बोट हैविंग ए लेंथ 3 मीटर एंड ब्रेथ 2 मीटर। ठीक है जी, एक बोट है उसकी लंबाई 3 मीटर तो 2 मीटर है, इज़ फ्लोटिंग ओन ए लेक, वो एक नदी के तैर रही है। द बोट सिंक हों डुबना, ठीक है, द बोट सिंक्स बाय 1 सेंटीमीटर, जी बोट है वह 1 सेंटीमीटर डुब जाती है। वैन ए मैन गैट्स ओन इट, जो एक बंदा उस उपर चढ़ जाता है, द मास ऑफ द मैन। ठीक है जी, सो असी बंदे का भार फाइंड करना है कि बंदे का भार किन्ना होएगा जिहड़ा कि बोट के उपर चढ़ के बोट नू 1 सेंटीमीटर डूंगा कर देता है। ठीक है जी, सो बड़ा सिंपल जहा क्वेश्चन है। देखो सानू लेंथ दिती हुई है बोट की 3 मीटर, ब्रेथ दिती हुई 2 मीटर, हाइट जी है यानी कि उसकी हाइट नू असी डूंघियाई भी कह सकते हैं। ठीक है, हुण डूंगी किन्नी है, वो 1 सेंटीमीटर डूंगी होगी। ठीक है जी, हुण किन्ने भार करके 1 सेंटीमीटर डूंगी हुई है असी वो चीज़ फाइंड करनी है। 1 सेंटीमीटर असी मीटर में कन्वर्ट कर लाँगे क्योंकि बाकी सारी सानू दो क्वांटिटीज़ जिहड़ियां ने वो मीटर में गिवन आ। 0.01 मीटर हो गया। वॉल्यूम किन्नी होंदी है जी, लेंथ इनटू ब्रेथ इनटू हाइट। ठीक है, वॉल्यूम असी क्यों कढ़ी है वो मैं तुहानू दसदा वा। ठीक है जी, पहले वॉल्यूम फाइंड करांगे, वॉल्यूम आ गई इन्नी मीटर क्यूब। ठीक है, नाउ डेंसिटी की होंगी है मास ओवर वॉल्यूम। ठीक है जी, सो अगर डेंसिटी मास ओवर वॉल्यूम है तो असी फाइंड करना है मास। ठीक है, हुण मास फाइंड करने लई सानू वॉल्यूम चाहिए सी ते डेंसिटी चाहिए सी। जी डेंसिटी है वाटर की, वो हमेशा याद रखियो कि 1 g/cm³ होंगी है, तो अगर असी इनू कन्वर्ट करांगे मीटर क्यूब दे विच तां वो 1 kg आ जाएगी। ठीक है, सो असी डेंसिटी जी 1000 ले लाँगे उहदी। ठीक है, डेंसिटी मास ओवर वॉल्यूम, तो मास का फॉर्मूला की बन जाएगा डेंसिटी इंटू वॉल्यूम। ठीक है, 1000 × 0.06 साढ़े को 60 kg आंसर आ जाएगा। तो इस क्वेश्चन के जी मेन चीज़ सी समझने वाली वो की है जी, डेंसिटी ऑफ वाटर इज 1 g/cm³। ओके, नैक्सट क्वेश्चन देखते हैं, क्वेश्चन नंबर 109 क्वेश्चन नंबर जोड़ा है वो दस रहे हैं कि √10 की वैल्यू 3.162 है, द वैल्यू ऑफ 1/√10। ठीक है जी, तो 1/√10 की वैल्यू कितनी होएगी। सो बड़ा सिंपल जहा क्वेश्चन है, तुम्हें तो पता है कि √10 की वैल्यू 3.162 है। ठीक है, असी रूट नूं कदे थले रखते नहीं, अगर आप इस चीज़ की वैल्यू फाइंड करनी है असी रूट नाल मल्टीप्लाई √10 नाल डिवाइड कर देंगे, उपर आ जाएगा √10, थले बन जाएगा पूरा 10। ठीक है, √10 की वैल्यू 3.162/10। हुण ए जो 10 हटाने वास्ते असी एक पॉइंट लगावेंगे, पॉइंट पिछे आ जाएगा। ठीक है, 0.3162 इहदा आंसर है। ठीक है, सो इस क्वेश्चन का आंसर है ए 0.3162। इस तो नैक्सट क्वेश्चन, द स्केयर रूट ऑफ दिस इक्वेशन। ठीक है जी, हूँ सानू आ एक चीज़ दी हुई है 7+√5 × 7-√5। इतने असी फॉर्मूला यूज़ करांगे a + b a - b की हुंदा जी, a² - b² हुंदा। ठीक है, सो 7² - 3√5 का स्केयर। ओके, 7² = 49 ते 3² = 9 √5² = 5 9 × 5 = 45 49 - 45 आ गया अपने को 4, तो 4 का स्केयर रूट कितना 2 आ, सो यदा आंसर आएगा 2। कुछ लोग गलती दे नाल की है जी 4 ही लिखते हैं, सो यदा आंसर जोड़ा है 2, उन्होंने वैसे 4 भी ऑप्शन दिता हुआ। ठीक है, नैक्सट क्वेश्चन बड़ा ही सिंपल जहा, द कंपाउंड इंट्रस्ट ओन ₹16,000 इज 20% पर एनम फॉर 9 months कंपाउंडेड क्वार्टरली। हूँ देखो जी, तुहानू कंपाउंड इंट्रस्ट का फॉर्मूला तुहानू पता ही होना। ठीक है, हूँ देखते हैं इनू करना कि बिल्कुल सीधा या फॉर्मूला है, कोई ये वल वलेवा नहीं है। प्रिंसीपल ₹16,000, रेट ऑफ इंट्रस्ट 20% पर एनम, तो टाइम जोड़ा 9 months दिता हो, 9 months में आप ईयरस में कन्वर्ट करा तो 12 डिवाइड कर देंगे तो ईयरस में कन्वर्ट हो जाएगा, सालों के कटिंग करो 3/4 साल आ गए। ठीक है जी, हूँ एक चीज़ तुम्हें पता होनी चाहिए है कि जो भी आप इंट्रस्ट क्वार्टरली कटते हैं तो रेट जोड़ा है वह भी क्वार्टरली हो जाता, यानी कि 4 डिवाइड कर देने, तो टाइम जोड़ा है वो अनु 4 ना मल्टीप्लाई कर देने। ठीक है जी, सो अमाउंट का फॉर्मूला की है p × 1 + r/100 × n। ठीक है, सो p की थान पर 16,000, 1 + r/4 आएगा इतने। ठीक है, सो r/4 का मतलब कि 20/4,
पावर दे विच 3/4 यानी कि टाइम से साडा उन्हों असी 4 लिख लेना, 4 ना मल्टीप्लाई कर देना। ठीक है जी, इनू कटिंग करांगे, इत्थे आ जाएगा अपने कोल 5। ठीक है, 100 वन 100 प्लस 5 105/100। ठीक है, हुण असी इनू होर कटिंग करांगे ते 21/20 दे विच कन्वर्ट हो जाएगा। इहदा क्यूब खोलांगे, 3 जीरोज़ ना 3 जीरोज़ दीआं कटिंग हो जाणगीआं, मल्टीप्लाई करांगे ते मल्टीप्लाई करके साडे कोल आजूगा अमाउंट 18,522। ठीक है, इह साडे कोल अमाउंट हो गया। सो प्रिंसीपल सीगा 16,000, अमाउंट बन गया 18,522, यानी कि जिहड़ा कंपाउंड इंट्रस्ट है, ब्याज जिहड़ा लगा वा, वह किन्ना आ 2,522। ठीक है, सो इहदा आंसर है 2522C। ओके जी, इस तो नैक्सट क्वेश्चन बड़ा ही सिंपल। जसमेर एंड रमल वेंट टू बाय पेन्स। दो दोस्त ने, एक जसमेर है एक रमेल है, वो पेन खरीदने लिए जाते हैं। दे हैड सेम अमाउंट ऑफ मनी, उन्हां कोल सेम पैसे ने एट द बिगनिंग, एंड बोथ ऑफ दैम बॉट सेम काइंड ऑफ पेन, तो एको प्रकार के पेन खरीदते हैं। जसमेर बाउट 5 पेन्स एंड लैफ्ट विद ₹100। जसमेर ने 5 पेन खरीदे तो 100 रुपया बच गया, रमेल ने 7 पेन खरीदे तो उसके कोल 20 रुपये बच गए। एक पेन की कोस्ट फाइंड करो। देखो जी, अगर उन्हां कोल पैसे सेम ने, ठीक है, अगर उन्होंने कोल पैसे सेम ने तो वो सेम अमाउंट ऑफ थिंग्स खरीद सकते हैं। इन्हें 5 पेन खरीदे को 100 रुपया बच गया, इन्हें 7 पेन खरीदे को 20 रुपये बच गए, बट मनी इन्हों की इक्वल से, इस करके आप इक्वल का साइन पा देंगे। ठीक है, पेन पेन एको साइड के इकट्ठे कर लो, 7 पेन माइनस 5 पेन इज इक्वल टू 100 माइनस 20, 2 पेन इज इक्वल टू 80, तो 1 पेन का रेट कितना आएगा 80/2 यानी कि 40 रुपये। ठीक है, सो एक पेन जोड़ा वो 40 रुपये का। ओके जी, इस तो बाद क्वेश्चन नंबर 113। इन ए पार्टी देर आर 3 डिफरेंट साइजेस ऑफ पिज़्ज़ास ऑफ रेडियस 7 इंचेस, 9 इंचेस, 12 इंचेस। ठीक है जी, 3 प्रकार के पिज़्ज़ा ने एक पार्टी के, जिन्हों का रेडियस 7 इंच, 9 इंच ते 12 इंच है। 7 इंच वाला जो पिज़्ज़ा है उन्हें 7 पीसा में कटा गया, 9 इंच वाला पिज़्ज़ा जोड़ा है उन्हें 9 पीसिस विच स्लाइस किया गया है, तो जिहड़ा 12 इंचज वाला पिज़्ज़ा है उन्हें 12 पीसा दे विच कटिया गया है। अगर तुसी सब तो वड्डा पिज़्ज़ा चुकना होवे तां तुसी सब तो वड्डा किस केड़ा पीस चुकोगे। ठीक है जी, सो बड़ा सिंपल जिहा क्वेश्चन है। देखो यह है साडे कोल 3 तरह के पिज़्ज़ा ने, यह 7 इंच पिज़्ज़ा, इहदे 7 पीस किए गए ने, 1, 2, 3, 4, 5, 6, 7। इहदा 9 इंच वाला पिज़्ज़ा 9 पीस किए गए है, तो 12 इंच वाले पिज़्ज़े 12 पीस किए गए हैं। ठीक है, हुण तुहानू एक चीज़ का पता होना चाहिए कि एरिया ऑफ सैक्टर कि बराबर हुंदा, एरिया ऑफ सैक्टर हुंदा थीटा ओवर 3/16 π/r². ठीक है, हुण थीटा फस्ट काइंड फस्ट जिहड़ा हैगा उहदे 7 पीस होए ने, यानी कि 360° दा टोटल एंगल 7 वारी डिवाइड हो गया। ठीक है, सो थीटा जिहड़ा फस्ट पिज़्ज़ा दे विच आऊगा होगा 360/7। सो असी एरिया कढ़ांगे सैक्टर दा, थीटा ओवर 3/16 π/r², आर स्केयर का मतलब 7 का स्केयर 49। सारा कटिंग करांगे, ठीक है, ये अपने को आ जाएगा 7π। इस तो बाद नैक्सट जोड़ा है उन्होंने भी असं इस तरह सोल्व करांगे, थीटा ओवर 3/16 π/r² 360 कैंसल, 9 9 81, 9π यदा आंसर आ जाएगा, तो ये आ जाएगा इस प्रकार 12π। ठीक है, सो सब तो व्डा जोड़ा पीस है वह 12π है, एक पीस 7π का हो रहा है, एक पीस 9π का हो रहा है, एक पीस 12π का हो रहा है। ठीक है जी, सो यदा आंसर आएगा 12π, यानी कि 12 इंच वाला जोड़ा पिज़्ज़ा है ओ। ठीक है, जिन्ना वाला रेडियस उन्ना ही वह आएगा आंसर। ठीक है, इस तो बाद साढ़े को लास्ट क्वेश्चन है 114 नंबर। ठीक है, ये भी सूँ एक डायग्राम दी हुई है, डायग्राम के दसया हुआ थोड़ा ध्यान देखते हैं। ठीक है जी, कहते कि एक डायग्राम का मैप दिता हुआ सूद, फस्ट वाला रिसेप्शन है, नंबर 2 वॉशरूम, नंबर 3 कॉन्फ्रेंस रूम, तो नंबर 4 मेन ऑफिस है। ठीक है जी, ए सूँ दसिया कि गया वा कि बोथ ऑफिस एंड वाशरूम आर स्क्वेयरस विद 65, इतने 65 लिखे, वैसे असल भी 64 है, अगर मैं पंजाबी ट्रांसलेशन वाले देखा तो 64 लिखा वा। ठीक है, तो 64 इज़ द करैक्ट, एंड 4 मीटर स्क्वेयर रिस्पैक्टिवली, वेयर एज द कॉन्फ्रेंस रूम हैज़ एन एरिया ऑफ 96 मीटर। ठीक है जी, सो यदा एरिया किन्ना वा 64। ठीक है, यदा एरिया किन्ना वा 4, तो यदा एरिया है 96। ठीक है जी, असी यदा एरिया फाइंड करना। ठीक है, हुण अगर आदा एक स्क्वेयर है, अभी स्केयर है तो अभी स्केयर है, यदा यदा मतलब कि यदि साइड किन्नी हो जाएगी 2 हो जाएगी। ठीक है, तो यदि साइड किन्नी हो जाएगी 8 हो जाएगी। ठीक है, अगर यदि साइड 2 है, यदि साइड 8 है, तो यदि साइड किन्नी होएगी जी, ए वाली साइड हो जाएगी यदि 6। क्यों? क्योंकि
ਇਸ ਤੱਕ ਪਹੁੰਚਣ ਵਾਸਤੇ 8 ਹੋਣੇ ਚਾਹੀਦੇ ਨੇ, 2 ਇਹਦੇ ਕੋਲ ਪਹਿਲੇ ਨੇ ਅਤੇ 2 ਅਤੇ 6 8 ਹੁੰਦੇ ਆ, ਠੀਕ ਹੈ। ਸੋ ਇਹਦੇ ਬਰਾਬਰ 8 ਹੋ ਗਿਆ, ਠੀਕ ਹੈ। ਹੁਣ ਅਗਰ ਆਹ 8 ਹੈ ਤਾਂ ਆਹ ਵੀ 8 ਹੈਗਾ, ਠੀਕ ਹੈ। ਹੁਣ ਤੁਹਾਨੂੰ ਪਤਾ ਵਾ ਕਿ ਆਹ 2 ਸਕੇਅਰ ਸੀਗੇ, ਆਹ ਸਕੇਅਰ ਨਹੀਂ ਹੈਗਾ। ਅਗਰ ਇਹ ਸਕੁਏਅਰ ਨਹੀਂ ਹੋਏਗਾ ਤਾਂ ਇਹ ਰੈਕਟੈਂਗਲ ਹੋਏਗਾ। ਸੋ ਰੈਕਟੈਂਗਲ ਦਾ ਏਰੀਆ ਕੀ ਹੋਏਗਾ, ਲੈਂਥ ਇੰਟੂ ਬ੍ਰੈਥ ਇਜ ਇਕੁਅਲ ਟੂ 96। ਉਹਨਾਂ ਵਿੱਚੋਂ ਸਾਡੇ ਕੋਲ ਇੱਕ ਡਾਇਮੈਂਸ਼ਨ 8 ਹੈ, 8 ਇੰਟੂ ਬ੍ਰੈਥ ਇਕੁਅਲ ਟੂ 96, ਅਤੇ ਬ੍ਰੈਥ ਸਾਡੇ ਕੋਲ ਆ ਜਾਏਗੀ 12, ਠੀਕ ਹੈ ਜੀ। ਇਹਦਾ ਮਤਲਬ ਕਿ ਆਹ 12 ਹੈ। ਹੁਣ ਅਗਰ ਆਹ 12 ਹੈ ਤਾਂ ਆਹ ਵੀ 12 ਹੀ ਹੋਏਗੀ, ਠੀਕ ਹੈ, ਇੱਥੋਂ ਤੱਕ। ਅਤੇ 12 ਅਤੇ 6 18, ਠੀਕ ਹੈ। ਸੋ ਇਹ ਸਾਰਾ ਜਿਹੜੀ ਲੈਂਥ ਹੈ ਉਹ 18 ਹੋ ਗਈ। ਸੋ 18 ਅਤੇ ਬ੍ਰੈਥ ਕਿੰਨੀ ਇਹਦੀ 2 ਆ, ਠੀਕ ਹੈ। 18 ਇੰਟੂ 2 36 ਮੀਟਰ ਸਕੇਅਰ ਜਿਹੜਾ ਹੈ ਉਹ ਏਰੀਆ ਹੋਏਗਾ ਇਹਦਾ ਰਿਸੈਪਸ਼ਨ ਦਾ, ਠੀਕ ਹੈ ਜੀ। ਸੋ 36 ਮੀਟਰ ਸਕੇਅਰ ਏਰੀਆ ਰਿਸੈਪਸ਼ਨ ਦਾ ਆ ਜਾਏਗਾ। ਜਿਹਨੂੰ ਇਹ ਕੁਸ਼ਚਨ ਹਜੇ ਵੀ ਬਿਲਕੁਲ ਕਲੀਅਰ ਨਹੀਂ ਹੋਇਆ, ਉਹ 2-3 ਵਾਰੀ ਇਹਨੂੰ ਰਿਪੀਟ ਕਰਨ। ਅਗਰ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਨੰਬਰ ਦੇ ਉੱਪਰ ਕਾਲ ਕਰ ਸਕਦੇ ਜੀ, ਠੀਕ ਹੈ। ਇਸ ਤੋਂ ਬਾਅਦ ਨੈਕਸਟ ਕੁਸ਼ਚਨ ਹੈ ਜੀ ਸਾਡੇ ਕੋਲ, ਕੁਸ਼ਚਨ ਨੰਬਰ 15। ਕਹਿੰਦਾ ਔਨ ਏ ਮੈਪ 1 ਸੈਂਟੀਮੀਟਰ ਰੀਪ੍ਰਜੈਂਟਸ 400 ਮੀਟਰ। ਕਹਿੰਦਾ ਇੱਕ ਮੈਪ ਹੈ ਉਹਦੇ ਵਿੱਚ 1 ਸੈਂਟੀਮੀਟਰ 400 ਮੀਟਰ ਨੂੰ ਰੀਪ੍ਰਜੈਂਟ ਕਰਦਾ ਹੈ। ਇਹ ਡਿਸਟੈਂਸ ਆਫ 4 ਸੈਂਟੀਮੀਟਰ ਔਨ ਦਾ ਮੈਪ ਇਜ਼। ਅਗਰ ਮੈਪ ਦੇ ਉੱਪਰ 4 ਸੈਂਟੀਮੀਟਰ ਹੋਣ ਤਾਂ ਉਹ ਕਿਹਦੇ ਬਰਾਬਰ ਹੋਣਗੇ। ਸੋ ਬੜਾ ਹੀ ਸਿੰਪਲ ਜਿਹਾ ਕੁਸ਼ਚਨ ਹੈ, ਸੋਲਵ ਕਰਦੇ ਹਾਂ। ਦੇਖੋ ਜੀ, 1 ਸੈਂਟੀਮੀਟਰ ਅਗਰ 400 ਮੀਟਰ ਦੇ ਬਰਾਬਰ ਹੈ, ਦਿਸ ਰਹੀ ਹੈ ਨਾ, 1 ਸੈਂਟੀਮੀਟਰ ਇਜ਼ ਇਕੁਅਲ ਟੂ 400 ਮੀਟਰ, ਯੈਸ, ਠੀਕ ਹੈ। ਤਾਂ 4 ਸੈਂਟੀਮੀਟਰ ਕਿਹਦੇ ਬਰਾਬਰ ਹੋਏਗਾ, 4 ਨਾਲ ਮਲਟੀਪਲਾਈ ਕਰ ਦਾਂਗੇ, ਠੀਕ ਹੈ ਜੀ। ਸੋਲਾਂ ਸੌ ਮੀਟਰ, ਠੀਕ ਹੈ ਜੀ। 1600 ਮੀਟਰ ਦਾ ਮਤਲਬ 1.6 ਕਿਲੋਮੀਟਰ, ਠੀਕ ਹੈ। ਸੋ 1.6 ਕਿਲੋਮੀਟਰ ਦਾ ਡੀ ਆਂਸਰ ਆ ਜਾਏਗਾ, ਓਕੇ। ਸੋ 115 ਤੱਕ ਜਿਹੜੇ ਕੁਸ਼ਚਨ ਆਪਾਂ ਸੋਲਵ ਕਰ ਲਏ ਆ, ਆਹ ਮੈਥਮੈਟਿਕਸ ਦੇ ਕੁਸ਼ਚਨ ਸੀਗੇ। ਇਸ ਤੋਂ ਬਾਅਦ ਕੁਸ਼ਚਨ ਜਿਹੜਾ ਹੈ ਅਗਲੇ, ਉਹ ਵੀ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੁਸ਼ਚਨ ਪੈਡਾਗੋਗੀ ਨਾਲ ਰਿਲੇਟਡ ਨੇ। ਪਹਿਲਾ ਕੁਸ਼ਚਨ ਹੈ ਜੀ 116 ਨੰਬਰ, ਦ ਓਬਜੈਕਟਿਵ ਆਫ ਟੀਚਿੰਗ ਅਲਜੈਬਰਾ ਟੂ ਮਿਡਲ ਗ੍ਰੇਡ ਸਟੂਡੈਂਟਸ ਟੂ ਇਨੇਬਲ ਦਾ ਸਟੂਡੈਂਟਸ। ਕਹਿੰਦਾ ਜਦੋਂ ਅਸੀਂ ਛੋਟੇ ਬੱਚਿਆਂ ਨੂੰ, ਯਾਨੀ ਕਿ ਮਿਡਲ ਗ੍ਰੇਡ ਦੇ ਜਿਹੜੇ ਬੱਚੇ ਨੇ, ਉਹਨਾਂ ਨੂੰ ਅਗਰ ਆਪਾਂ ਅਲਜੈਬਰਾ ਪੜ੍ਹਾਉਂਦੇ ਹਾਂ ਤਾਂ ਉਹਦਾ ਸਾਡਾ ਮਕਸਦ ਕੀ ਹੁੰਦਾ ਵਾ, ਓਬਜੈਕਟਿਵ ਕੀ ਹੁੰਦਾ। ਸੋ ਸਭ ਤੋਂ ਪਹਿਲਾਂ ਹੈ ਸੀਇੰਗ ਰਿਲੇਸ਼ਨਸ਼ਿਪ ਬਿਟਵੀਨ ਨੰਬਰਸ ਐਂਡ ਲੁਕਿੰਗ ਫੋਰ ਪੈਟਰਨਸ ਇਨ ਰਿਲੇਸ਼ਨਸ਼ਿਪ, ਠੀਕ ਹੈ ਜੀ। ਨੰਬਰਸ ਨੂੰ ਜਾਣਨਾ, ਠੀਕ ਹੈ, ਅਤੇ ਉਹਦੇ ਜਿਹੜੇ ਪੈਟਰਨ ਬਣਦੇ ਆ ਅਤੇ ਉਹਦੇ ਜਿਹੜੇ ਰਿਲੇਸ਼ਨਸ਼ਿਪਸ ਬਣਦੇ ਇੱਕ ਦੂਸਰੇ ਨਾਲ, ਉਹਨੂੰ ਸਮਝਣਾ। ਜੇ ਤੁਸੀਂ ਅਲਜੈਬਰਾ ਟੀਚ ਕਰਦੇ ਹਾਂ ਤਾਂ ਐਕਸ ਵਾਈ ਵਗੈਰਾ ਲਈਦਾ ਵਾ, ਠੀਕ ਹੈ। ਸੋ ਉਹਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗਦਾ। ਸੋ ਇਹਦਾ ਆਂਸਰ ਇਹੀ ਆ ਜਾਏਗਾ, ਬਾਕੀ ਜਿਹੜੇ ਆਪਸ਼ਨਸ ਨੇ ਉਹ ਇੰਨੇ ਸੈਟਿਸਫੈਕਟਰੀ ਨਹੀਂ ਹੈਗੇ। ਨੈਕਸਟ ਹੈ, ਟੀਚਰ ਵਾਂਟਸ ਟੂ ਇੰਟਰੋਡਿਊਸ ਦਾ ਟੋਪਿਕ ਮਨੀ ਟ੍ਰਾਂਜੈਕਸ਼ਨ। ਅਗਰ ਟੀਚਰ ਕੋਈ ਮਨੀ ਟ੍ਰਾਂਜੈਕਸ਼ਨ ਦਾ ਟੋਪਿਕ ਬੱਚਿਆਂ ਨੂੰ ਸਮਝਾਉਣਾ ਚਾਹੁੰਦਾ ਹੈ ਤਾਂ ਉਹ ਕਿਸ ਸਟ੍ਰੈਟਜੀ ਦਾ ਯੂਜ਼ ਕਰੇਗਾ। ਉਹਦੇ ਵਿੱਚ ਕੀ ਹੈ ਜੀ, ਰੋਲ ਆਫ ਮਾਡਲਸ, ਯੂਜ਼ ਆਫ ਮਾਡਲਸ, ਰੋਲ ਪਲੇ, ਯੂਜ਼ ਆਫ ICT ਅਤੇ ਸੋਲਵਿੰਗ ਲੋਟਸ ਆਫ ਪ੍ਰੋਬਲਮ। ਦੇਖੋ, ਜਦੋਂ ਆਪਾਂ ਲੈਣ ਦੇਣ ਦਾ ਕੋਈ ਟੋਪਿਕ ਅਗਰ ਆਪਾਂ ਐਕਸਪਲੇਨ ਕਰਨਾ ਹੈ ਕਲਾਸ ਦੇ ਵਿੱਚ, ਸਾਨੂੰ ਰੋਲ ਪਲੇ ਮੈਥਡ ਕਰਨਾ ਚਾਹੀਦਾ ਹੈ ਕਿ ਇੱਕ ਪਰ ਦੋ ਬੱਚੇ ਬੁਲਾ ਕੇ ਇੱਕ ਬੱਚਾ ਪੈਸੇ ਦੇਵੇ, ਇੱਕ ਬੱਚਾ ਪੈਸੇ ਲਵੇ, ਠੀਕ ਹੈ। ਸੋ ਇਸ ਤਰ੍ਹਾਂ ਦਾ ਅਗਰ ਆਪਾਂ ਰੋਲ ਪਲੇ ਕਰਾਂਗੇ ਤਾਂ ਉਹਦੇ ਵਿੱਚ ਬੈਟਰ ਅੰਡਰਸਟੈਂਡਿੰਗ ਹੋਏਗੀ ਬੱਚੇ ਦੀ। ਸੋ ਇਹਦਾ ਆਂਸਰ ਹੈ ਸੀ। ਨੈਕਸਟ ਕੁਸ਼ਚਨ ਹੈ ਜੀ, ਵਾਈ ਸ਼ੁੱਡ ਟੀਚਰਸ ਇਨਵੋਲਵ ਦੈਮਸੈਲਫ ਇਨ ਸਰਵਿਸ ਮੈਥ ਪ੍ਰੋਗਰਾਮਸ। ਸਰਵਿਸ ਮੈਥ ਪ੍ਰੋਗਰਾਮ ਜਿਹੜੇ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ, ਉਹਨਾਂ ਵਿੱਚ ਟੀਚਰਸ ਨੂੰ ਕਿਉਂ ਜਾਣਾ ਚਾਹੀਦਾ ਹੈ? ਉਹਦਾ ਆਂਸਰ ਆਏਗਾ ਕਿ ਉਹਦੇ ਉਹਨਾਂ ਨੂੰ ਜਿਹੜੀ ਪੜ੍ਹਾਉਣ ਦੇ ਵਿੱਚ ਉਹ ਇਸ਼ੂਜ਼ ਜਾਂ ਪ੍ਰੋਬਲਮਸ ਆ ਰਹੀਆਂ ਨੇ, ਉਹਨਾਂ ਦੇ ਸਲਿਊਸ਼ਨਸ ਲੱਭਣ ਲਈ ਉੱਥੋਂ ਡਿਸਕਸ਼ਨ ਜਿਹੜੀ ਕਰਨੀ ਚਾਹੀਦੀ ਹੈ ਜਾ ਕੇ। ਸੋ 118 ਇਹਦਾ ਆਂਸਰ ਆਏਗਾ। 119 ਨੰਬਰ ਕੁਸ਼ਚਨ ਹੈ, ਦਾ ਸੀਕੁਐਂਸ ਆਫ ਸਟੈਪਸ ਆਫ ਸਿਸਟਮੈਟਿਕ ਪ੍ਰੋਬਲਮਸ ਆਫ ਸੋਲਵਿੰਗ ਇਜ਼। ਇਹਦਾ ਆਂਸਰ ਹੈ ਜੀ ਏ, ਇਨਸਾਈਟ। ਪਹਿਲੇ ਪ੍ਰੋਬਲਮ ਨੂੰ ਚੰਗੀ ਤਰ੍ਹਾਂ ਤੁਸੀਂ ਦੇਖੋ ਅੰਦਰੋਂ ਦੀ ਅੰਤਰਦ੍ਰਿਸ਼ਟੀ ਦੁਆਰਾ, ਉਸ ਤੋਂ ਬਾਅਦ ਥਿੰਕਿੰਗ ਟਾਈਮ, ਸੋਚਣ ਦਾ ਸਮਾਂ ਦੇਣਾ ਚਾਹੀਦਾ ਹੈ, ਫਿਰ ਤਿਆਰੀ ਲਈ ਟਾਈਮ, ਅਤੇ ਫਿਰ ਵੈਰੀਫਿਕੇਸ਼ਨ, ਠੀਕ ਹੈ, ਫਿਰ ਪੜਤਾਲ ਕਰਨੀ ਚਾਹੀਦੀ ਹੈ। ਲਾਸਟ ਕੁਸ਼ਚਨ, ਵੀ ਟਾਕ ਅਬਾਊਟ ਰਿਡਿਊਸਿੰਗ ਦਾ ਸਕੂਲ ਬਰਡਨ ਔਨ ਸਟੂਡੈਂਟਸ, ਠੀਕ ਹੈ। ਅਸੀਂ ਬੱਚਿਆਂ ਦੇ ਅਸੀਂ ਜਿਹੜਾ ਸਕੂਲ ਦਾ ਬਰਡਨ ਘੱਟ ਕਰਨ ਦੀ ਗੱਲ ਕਰਦੇ ਹਾਂ ਬੱਚਿਆਂ ਦੇ ਉੱਪਰੋਂ, ਅਤੇ ਉਹਦੇ ਬਾਵਜੂਦ ਅਸੀਂ ਮੈਥਮੈਟਿਕਸ ਦਾ ਹੋਮਵਰਕ ਬੱਚਿਆਂ ਨੂੰ ਦਿੰਦੇ ਹਾਂ ਘਰ ਦੇ ਲਈ, ਤਾਂ ਇਹ ਕਿਉਂ ਦੇਣਾ ਜ਼ਰੂਰੀ ਹੈ? ਆਂਸਰ ਹੈ ਉਹਦਾ ਜੀ, ਹੈਲਪਸ ਇਨ ਇੰਡੀਪੈਂਡੈਂਟ ਸਟੱਡੀ, ਕਿ ਉਹ ਇਕੱਲੇ ਇੰਡੀਪੈਂਡੈਂਟਲੀ ਸਟੱਡੀ ਕਰ ਸਕਣ ਟੀਚਰ ਦੀ ਪ੍ਰੈਜੈਂਸ ਤੋਂ ਬਿਨਾਂ। ਸੈਕਿੰਡ ਹੈ ਜੀ, ਆਪਣਾ ਜਿਹੜਾ ਐਕਸਟਰਾ ਟਾਈਮ ਹੈ ਉਹਨੂੰ ਯੂਟੀਲਾਈਜ਼ ਕਰ ਸਕਣ ਇੱਕ ਚੰਗੇ ਟਾਈਮ, ਚੰਗੇ ਵੇ ਦੇ ਵਿੱਚ। ਥਰਡ ਹੈਗਾ, ਹੈਲਪਸ ਇਨ ਅੰਡਰਸਟੈਂਡਿੰਗ ਕੰਸੈਪਟ ਬੈਟਰ। ਘਰ ਬੈਠ ਕੇ ਕਲਾਸਰੂਮ ਦੇ ਵਿੱਚ ਅਗਰ ਉਹ ਚੰਗੀ ਤਰ੍ਹਾਂ ਨਹੀਂ ਸਮਝ ਪਾਏ ਤਾਂ ਘਰ ਬੈਠ ਕੇ ਉਹ ਉਸਨੂੰ ਥੋੜ੍ਹਾ ਟਾਈਮ ਦੇ ਕੇ ਅੱਛੇ ਤਰੀਕੇ ਨਾਲ ਸਮਝ ਸਕਣ, ਠੀਕ ਹੈ। ਸਵੇਰੇ ਦੇ ਆਂਸਰ ਸਾਰੇ ਨੇ।